ले आओ रे चंद तारियां दी गल थोड़े पिछे रास्ता दे चलो नहीं लिया दसी है ना किसी ने रौला पाई जाई दसी है ना आहो ने बेफिक्र ही रहे बस सेंटर है जिथे आके ले आ तू ਵਧੀਆ ਹੋ ਗਿਆ ਕੰਮ ਬਹੁਤ ਵਧੀਆ ਇਹ ਜਾਂ ਕੱਲ ਵੀ ਨਹੀਂ ਸੀ ਆਹੋ ਕਲੀਬ ਕਮਾਨ ਇੱਕ ਸਿੱਟ सभी थाई होना जी सहाय ये जग मगा जो ਨੀਂ ਤੇਰੀ ਗੁਰਨਾਮ ਨੂੰ ਤੇ ਮੇਰੇ ਸੁਆਈ ਦਾ ਨਾਮ ਚੜ੍ਹਦੀ ਤੇਰੇ ਭਾਣੇ ਆਗਿਆ ਬਖਸ਼ੋ ਆਗਿਆ ਬਖਸ਼ੋ ਆਗਿਆ ਲਾ ਕਰਨ ਕੌਣ ਕੋ ਆ ਫੜ ਤੇ ਫੜ ਲੈ ਉਹਦੇ ਆ ਜਾ ਆ ਫੜ ਜਾ ਤੇ ਸਰ ਆਓ ਠੀਕ ਹੈ ਸਾਹਿਬ ਜਾਂਦੇ ਨੇ ਉਹਦੇ ਆ ਉਹਦੇ ਦੋ ਨਾ ਖੜੇ ਨਾਲੇ ਆਪੜਾ ਇਹ ਫਿਰ ਫੜਦੇ ਆ ਫੜਦੇ ਆ ਫੜਦੇ ਆ ਫੜਦੇ ਆ नीम जी आप चल नीम धरी गुरु नानक नित नित चढ़े सवाई राम ਅਗਨੀ ਲੈ ਗਈ ਚਲ ਹੁਣ ਇੱਥੇ ਤਾਂ ਠੀਕ ਹੈ ਭੂਮੀ ਪੂਜਾ ਹੈ ਨਾ ਭੂਮੀ ਪੂਜਾ ਕਰਨੀ
ਇਹਦੇ ਨਾਲ ਵੀ ਹੁਣ ਅੱਜ ਨਾਲ ਹੀ ਸੀ ਤੇਲ ਵੀ ਲਿਆ ਛੋਚ ਕਣ ਮੰਗਲ ਸਵਾਇਆ ਪਾ ਦਿਓ ਤੁਸੀਂ ਇਕੱਠੇ ਹੀ ਪਾ ਦਿਓ ਆਦੇ ਤੇ ਐਸੀ ਬਣੂਗੀ ਬਸ ਬਸ ਕਰੋ ਪੂਜਾ ਵਾਲਾ ਇਹ ਨਾਮ ਚੰਡਕ ਸਿਧੇ ਸਦਾ ਦਾ ਸੁਖਾਤੀ ਮਹਿੰਦਰ ਕਰੋ ਕੰਮ ਪੂਰਾ ਨਮੋ ਪਾ ਪਾ ਦੇ ਲਿਆ ਰਿਹਾ ਆ ਵੀ ਪਾ ਨਾ ਇਹ ਚੋਂ ਪਾ ਪਾ ਦੇ ਰੰਗੇ ਚੜੂਗਾ ਰੰਗੇ ਚੜੂਗਾ ਪਾ ਦੇ ਪੂਜਾ ਪੂਜਾ ਕਰੋ ਨਾ ਭੂਮੀ ਪੂਜਾ ਹੈ ਹਜ਼ੂਰ ਸਾਹਿਬ ਨੂੰ ਯਾਦ ਰੱਖੋ ਦੇਖੋ ਫਿਰ ਉਰੇ 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 ਅਵਤਾਰ ਸਿੰਘ ਆ ਜਾ ਉਰੇ ਲੈ ਆ ਫੜ ਕੋਈ ਨੀ ਕੋਈ ਇਹ ਸੰਗਤ ਦੇ ਤਾਂ ਧੱਕੇ ਵੀ ਆ ਜਾਣਗੇ ਆ ਕਰ ਪੂਜਾ ਗੱਦੀਆਂ ਦੇ ਮਾਲਕ ਭਗਵਾਨ ਸ੍ਰੀ ਚੰਦਰ ਬਾਬਾ ਜੀ ਇਹਨਾਂ ਬਾਬਾ ਵੀਰ ਅਮਦਾਸ ਟੈਂਕੀ ਟੈਂਕੀ ਦੀ ਪਰਮਾਤਮਾ ਸੇਵ ਬੜੀ ਪਿਆਰ ਨਾਲ ਉਰੇ ਆ ਫੜਾ ਕਹੀ ਰਹੀ ਕੱਢ ਇੱਕ ਟੱਕੇ ਲਾ ਚਾ ਮੈਂ ਤਾਂ ਲਾ ਤਾ ਹੱਥ ਪਹਿਲਾਂ ਫਿਰ ਰੁਕਣਾ ਮੈਂ ਆਹੋ ਇੱਕ ਲਾ ਬਣ ਰਹੀ ਵੀਡੀਓ ਨਾਲੇ ਬੁਲਾਈ ਜਾਂਦੇ ਸੀ ਹੁਣ ਕਹਿੰਦਾ ਪਰੇ ਹੋ ਜਾਵੇ ਨਾ ਬਸ ਠੀਕ ਹੋ ਗਿਆ ਠੀਕ ਹੋ ਗਿਆ ਹਰਮਨ ਸਿੰਘ ਨਾਲ ਫਣੀ ਨੂੰ ਆਵੇ ਇੱਧਰ ਨੂੰ ਆਲੇ ਦੁਆਲੇ ਕੱਢ ਦੇ ਆਲੇ ਦੁਆਲੇ ਕੱਢ ਦੇ ਅੱਠਵੀਂ ਸਮਝ ਗਏ ਜਿਹਨੇ ਸਮਰਸੀਆ ਲਵਾਏ ਵੇ ਨੇ ਲਾਏ ਨੇ ਕਰਾਏ ਨੇ ਤੁਹਾਨੂੰ ਪਤਾ ਨਾ ਅੱਠਵੀਂ ਤਹਿ ਤੱਕ ਦੀ ਹੈ ਇਸ ਧਰਤੀ ਦੀ ਮਿੱਟੀ ਦਾ ਬਾਬਾ ਜੀ ਦਾ ਬੋਚਨ ਹੋਇਆ ਵਿਆ ਗੁਰੂ ਨਾਨਕ ਸਾਹਿਬ ਜੀ ਉਹ ਕਹੇਗੇ ਅੱਠਵੀਂ ਭੂਮਿਕਾ ਦੀ ਜਿਹੜਾ ਕੋਈ ਮਿੱਟੀ ਵੀ ਲਾ ਲੂ ਮਰਿਆ ਵੀ ਜਿਉਂਦਾ ਹੋ ਬਾਦਲ ਸਰਕਾਰ ਕਿੱਥੇ ਹਟ ਜਾ ਚੱਲ 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 ਪੰਜ ਹੋ ਗਏ ਪੰਜ ਪੰਜ ਥੱਕ ਨਹੀਂ ਕੀ ਕਹਿਦੀ ਬਖਸ਼ੀਸ਼ ਹੁਣ ਬਖਸ਼ੇ ਹੋਏ ਹੋ ਲੰਘ ਮਲੰਗ ਵਾਲਾ ਕਲੰਕ ਖਤਮ ਆ ਜਾ ਬਹਾਦਰ ਇੱਧਰ ਹੋ ਨਾ ਸਾਹਮਣੇ ਆ ਜਾ ਹਰਮਨ ਦਾ ਲਾ ਦੇ ਹਰਮਨ ਦਾ ਹੋ ਗਿਆ ਲਾਲ ਚੱਲ ਤਾਂ ਆਇਆ ਹੋਇਆ ਬਾਬਾ ਜੀ ਕਹਿੰਦੇ ਆ ਦੇਖ ਸੁਣ ਇਹਨੇ ਕੋ ਥੋੜੀ ਜਿਹੀ ਸਾਖੀ ਸੁਣਾਉਂਦੇ ਆ ਕੰਬੜਦਾਰ ਨੂੰ ਨਹੀਂ ਪਤਾ ਇਹ ਤਾਂ ਸੁੱਤਾ ਹੀ ਪਿਆ ਆਹੋ ਇਹ ਸੁੱਤਾ ਹੀ ਪਿਆ ਸੀ ਬਾਬਾ ਜੀ ਕਹਿੰਦੇ ਓਹੋ ਬਲਦਾਂ ਨੂੰ ਢੱਠਾ ਮਾਰਨਾ ਪਿਆ ਹੈਂ
ਪਿੱਠਾ ਮਾਰਨਾ ਪਿਆ। ਮੈਨੂੰ ਕਹਿੰਦੇ ਇਹ ਤਾਂ ਕਲਯੁੱਗ ਆ ਗਿਆ, ਜਿਹੜਾ ਬਲਦਾਂ ਬੰਨਿਆਂ ਨੂੰ ਕਹਿੰਦਾ ਢੱਠਾ ਮਾਰਨਾ ਆ ਜਾਵੇ, ਇਹਨੇ ਰਹਿਮ ਕਰਨਾ ਸੀ, ਰੱਖਿਆ ਕਰਨੀ ਸੀ। ਬਾਬਾ ਜੀ ਸੁਣਦੇ ਹੋ ਹੈ ਨਾ, ਕਹਿੰਦੇ ਕਲਯੁੱਗ ਆਏ। ਅੱਛਾ ਇਹਨੂੰ ਭਜਾਊ ਕੋਈ? ਇਹ ਉਸ ਵੇਲੇ ਦੇਖਦਾ ਸੀ ਤੇਰੇ ਕੋਲ ਜਿਹੜਾ ਉਹ ਪਾਰਸੋਂ ਦੁਕਾਨ ਹੈ ਹੁਣ ਉਹਨਾਂ ਦੀ, ਉਹ ਲਾਣਾ ਰਾਮ ਸੋਹਣੀ ਬਾਬਾ ਜੀ ਦੇ ਭਾਣਜੇ ਰਪਦਮਨ ਸਿੰਘ ਦੇ ਭਾਣਜਿਆਂ ਦੀ ਗੱਲ ਹੈ। ਹੁਣ ਵਿੱਚ ਕਿੱਥੇ ਹੈ, ਹੈ ਕੋਈ ਇੱਥੇ? ਹੈਗਾ ਬਲਦੇਵ, ਆਹੋ ਉਹ ਰਾਮ ਸੋਹਣੀ ਕਰਨੈਲ, ਕਰਨੈਲ ਕਰਨੈਲ ਦੇਖਦਾ। ਉਹਦੇ 'ਤੇ ਕੋਈ ਦੁੱਖ ਤਕਲੀਫ ਆ ਗਿਆ ਸੀਗਾ ਇੱਥੇ ਆਉਂਦੇ ਬਾਬਿਆਂ ਤੋਂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਅੱਛਾ ਕਹਿੰਦੇ ਕਲਯੁੱਗ ਨੂੰ ਇਹਨੂੰ 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 ਰੋਕ ਸਕਦਾ? ਮਖਾ ਜੀ ਕਿਵੇਂ? ਕਹਿੰਦੇ ਹੈਂਬੜ ਚੱਕਣਾ ਪਊਗਾ, ਇਹਨੂੰ ਭਜਾਉਣਾ ਪਊਗਾ, ਕੱਢਣਾ ਪਊਗਾ। ਅੱਜ ਕਹਿੰਦੇ ਢੱਠਾ ਨਹੀਂ ਹੈ, ਸਾਨ ਨਹੀਂ ਹੈ, ਦੇਵਤਾ ਨਹੀਂ ਹੈ, ਅੱਜ ਇਹ ਕਲਯੁੱਗ ਹੈ। ਮੈਂ ਉੱਥੋਂ ਅਣਘੜ ਦੀ ਗੱਲ ਸੁਣ ਲਿਓ, ਸੁਣਦਾ ਇਹਨਾਂ ਨੂੰ ਹੋ ਜਾਓ। ਮੈਂ ਕੀ ਕੀਤਾ, ਉੱਥੇ ਪਾਂਗ ਪਈ ਸੀ ਬੇਰੀ ਦੀ ਅਣਘੜ, ਮੈਂ ਉਹ ਚੱਕ ਲਈ, ਚੱਕ ਕੇ ਮੈਂ ਮਾਰਿਆ ਲਲਕਾਰਾ। ਜਦੋਂ ਪਿੱਪਲ ਦੇ ਕੋਲ ਗਏ ਨਾ, ਓਏ ਮਾਰ ਕੇ ਐਸਾ ਬਾਬਿਆਂ ਨੂੰ ਯਾਦ ਕਰਕੇ, ਜਦ ਮੈਂ ਇਹ ਐਂ ਘੁਮਾਇਆ, ਆਹ ਦੇਖ ਲਓ ਵੀ ਘੁਮਾਉਣ ਦਾ ਹੈ ਤਾਕਤ ਹਰ ਇੱਕ ਦੀ ਨਾ। ਵਧੀਆ ਹੋ ਗਿਆ, ਉਹ ਵਧੀਆ ਹੋ ਗਿਆ, ਰੰਗ ਚੜ੍ਹ ਗਿਆ, ਧਰਤੀ ਨੂੰ ਰੰਗ ਚੜ੍ਹਿਆ। ਅੱਛਾ ਇਹ ਐਂ ਪੈਣ, ਮੈਂ ਫੜ ਕੇ ਭੱਜ ਕੇ ਪੁੰਛੜ ਫੜ ਲਿਆ ਉਹਦਾ, ਦੇਪ ਜਿੱਥੇ ਪੈਂਦੀ ਹੈ ਦੇ ਪੈਂਦੀ ਹੈ, ਉਹ ਸੜਕ ਲੰਘਾ ਤਾ ਆਟੋ ਆਪਣੀ ਹੈ। ਕਹਿੰਦੇ ਜਾਓ ਇਹ ਡਿੱਗ ਨਹਿਰ ਚ ਕਿਤੇ, ਉਹ ਜਾਂਦਾ ਚੁਗਦਾ 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 ਸਾਈਫਨ ਕੋਲ ਜਾ ਕੇ ਫਿਰ ਵਿੱਚ ਡਿੱਗ ਗਿਆ ਨਹਿਰ ਪਾਣੀ ਦੇ ਬਹਾਨੇ। ਫਿਰ ਉਹ ਰਿੜ ਕੇ ਆ, ਮੈਂ ਉਹਦੀ ਸਾਖੀ ਭਰੀ ਆ ਵਿੱਚ ਐਤਕੀ ਦੀਵਾਨਾਂ 'ਚ, ਦੀਵਾਨ 'ਚ ਭਰੀ ਆ ਇਹਨੇ ਕਹਿ ਗੱਡ ਦੇ ਵਿੱਚ, ਉੱਥੇ ਕੁਲੀ ਭਰੀ ਸੀ ਨਾ ਕੁਲੀ ਕਲਾ। ਉਹ ਇੱਧਰੋਂ ਆਈਏ ਇੱਧਰੋਂ ਆਈਏ, ਇਹ ਪਿੰਡ ਤਾਂ ਏਕਾ ਬੜਾ ਸੀ ਹੁੰਦਾ, ਖਾਸ ਕਰ ਪਸ਼ੂ ਨੂੰ ਗਊਆਂ ਨੂੰ ਛਡਾਉਣ ਦਾ। ਨਾਲੇ ਰੱਸਾ ਰੱਖਣਾ ਸੀ, ਘੁੰਡੀ ਪਾ ਕੇ ਰੱਖਣੀ। ਬਾਬਾ ਜੀ ਕਹਿੰਦੇ ਕੀ ਪਤਾ ਕਿਹੜੇ ਵੇਲੇ ਗਿਰ ਜੇ, ਉਦੋਂ ਅਣਜਾਣੇ ਬਹੁਤ ਡਿੱਗਦੇ ਹੁੰਦੇ। ਆਹ ਕੱਟੇ ਬੱਚੇ ਨੂੰ ਇਹ ਕੰਨਾਂ ਨੂੰ ਫੜ ਕੇ ਇਸ ਤਾਂ ਗਾਂ ਨੂੰ ਐਂ ਕਹਿ ਖਿੱਚ ਲੈਂਦੇ ਹੋ, ਐ ਮਹਾਰਾਜ ਦਾ ਇੰਨਾ ਬਲ ਹੈ ਨਾ। ਉਹ ਜਿਉਂ ਇੱਧਰੋਂ ਮਾਰੀਏ, ਇੱਕ ਰਾਮੂ ਰਹਿ ਗਿਆ, ਉਹ ਬਹਿਰਾ ਸਿੰਘ, ਦੋ ਰਹਿ ਗਏ ਅਸੀਂ, ਤੁਰ ਗਿਆ ਕਹੇਗਾ ਰਾਮੂ, ਚੱਲ ਗਿਆ ਤੁਰ ਗਿਆ ਤੁਰ ਗਿਆ, ਦੋ ਰਹਿ ਗਏ। ਇੱਕ ਹੋਰ ਸੀ ਚੇਲਾ, ਉਹ ਤੂੰ ਛੱਡ ਦੇ ਹੁਣ, ਤੂੰ ਛੱਡ ਦੇ, ਖੜਾ ਤੇਰੀ ਨਹੀਂ ਸੁਣਨੀ ਹੈ ਸੀ, ਤੂੰ ਲੰਘ ਮੈਂ ਲੰਘ ਚ ਮਸਾਂ ਮਸਾਂ ਲੰਘ, ਕਲੰਕ ਲਾਇਆ ਥੋੜਾ ਥੋੜਾ ਮਸਾਂ, ਲੰਘਦੇ ਪੁਲ ਤੱਕ ਚਲੇ ਗਏ ਐਂ ਐਂ ਘੁਲਦੇ ਉਹਦੇ ਨਾਲ। ਜਦ ਆ ਜਾਵੇ ਰੱਸਾ ਪਾ ਲਈਏ, ਉਹ ਛਡਾ ਕੇ ਐਂ ਮਾਰੇ ਤੁਰ ਲਈ ਉਹਦੇ ਰੋਡੇ ਸਿੰਘ ਸੀ, ਉਹ ਹੰਸਾਰਾ ਹੰਸਾਰੀ, ਵੱਡਾ ਕੱਦ ਪਿਆ ਇੱਥੇ ਪਿਆ, ਐਂ ਹੱਥ ਨਾ ਜਾਵੇ, ਚਲੋ ਚਲੋ ਜਾ ਕੇ ਫਿਰ ਉਹ ਫੱਟਾ, ਉਹ ਇਹ ਨਿਕਲੂ ਕਿਵੇਂ? ਪਹਿਲੀ ਤਾਰਾ 'ਚ ਜਾ ਰਿਹਾ, ਹੋ ਲੈ ਜਾਵੇ ਕੀ ਭਲਾ, ਕੀ ਭਲਾ ਛੱਲ ਪਾਣੀ ਦੀ ਛੱਲ ਪੁੜਦੀ, ਹੋ ਲੈ ਜਾਵੇ ਫਿਰ ਆਵੇ। ਜਦ ਆਵੇ ਨਾ ਟੱਕਰ ਫਿਰ ਮਹਿਲ ਨਾ ਲੱਗੇ, ਤਿੰਨ ਲੱਗੀਆਂ ਉਹਦੀਆਂ, ਫਿਰ ਮੈਂ ਇੱਕ ਲੱਤ ਦੇ ਭਾਰ ਖੜ ਕੇ ਆਏ। ਬਾਬਾ ਪੂਰਨ ਦਾਸ ਜੀ ਦਾ ਸਾਨੂੰ ਚੋਰੀ ਚਾਰੀ ਨਹੀਂ ਨਾ ਕਿਸੇ ਦੀ, ਬਾਬਾ ਜੀ ਦਾ ਧਿਆਨ ਤਰ। ਮੈਂ ਕਿਹਾ ਬਾਬਾ ਜੀ ਅੱਜ ਕੀ ਇਹਦੇ ਨਾਲ ਵਰਤ ਰਿਹਾ, ਹੁਣ ਤੁਸੀਂ ਕਿਰਪਾ ਕਰੋ, ਸਹਾਈ ਹੋਵੋ, ਹੁਣ ਸਹਾਈ ਹੋਵੋ, ਇਹਨੂੰ ਬਚਾ ਲਓ। ਆਈ ਸੁਣਾਈ ਸੀ ਨਾ, ਮੈਂ ਉਦੋਂ ਸ਼ਾਰਟਕੱਟ ਕਰ ਗਿਆ ਸਾਡਾ ਜੀ, ਠੀਕ ਹੈ ਸੀ ਉਹ, ਬਚਾ ਲਓ। ਉਹ ਤਾਂ ਜੀ ਜਾ ਰਿੜਕਤਾ ਤਿੰਨ ਦਫ਼ਾ ਮਾਰ ਕੇ, ਇਹ ਐਂ ਸਿੱਧਾ ਹੋ ਕੇ ਚੱਲ ਪਿਆ, ਨਿਸਲ ਹੀ ਹੋ ਗਿਆ।
छल पांदी है ना, पांदी है नहीं, देख लो चल के उधर चनार साल देख के ही आए हैं। पानता रेड़कता गहां से फरलांग ते जाके डेढ़ फरलांग हो उस साइफन अगे एक छोटी जी होर आ जाती है, उहदे कोल जाके फिर असी कट्ठे होके कढ़े आखो, फिर नहीं हिले आखो, कढ़े आखो, कढ़ के हरमाम उहदे हाथों तो फिर इधर आ लिया वे इहनू पिंड नू लियाओ, मसां तुरे हो असी चले आए, भज गए, भजे ही फिर आए बाबा जी दे चरणां च। मैनू छो बाबा जी पल गए तो बैठे ने ढक हेठ ताड़ियां मारते ने, कहिंदे क्यों उहदे नाल बणी होई नंबर दो जदे कहिंदे कहिंदे मैनू कहिंदे मैं इन्ना याद कीता ਮੈਨੂੰ ਖੁਦ ਕਹਿੰਦੇ ਬੋਝ ਚੱਕਣਾ ਪਿਆ ਉਹਦਾ। ਧੰਨ ਬਾਬਾ ਪੂਰਨ ਦਾਸ, ਧੰਨ ਬਾਬਾ ਪੂਰਨ ਦਾਸ, ਧੰਨ ਬਾਬਾ ਪੂਰਨ ਦਾਸ ਮਹਾਰਾਜ। ਪੂਰਨ ਕਹਿੰਦੇ ਅਸੀਂ ਫਿਰ ਜਦ ਤੇਰੀ ਅਰਦਾਸ ਹੋਈ ਇੱਕ ਲੱਤ 'ਤੇ ਪਾਰ ਖੜ ਕੇ ਹੈ ਸੁਣ ਸਹੀ ਹੁਣ ਦਾਸ ਹੁਣ ਦਾਸ ਕਹਿੰਦੇ ਅਸੀਂ ਬੋਝ ਚੱਕਿਆ। ਪਰ ਇੱਕ ਗੱਲ ਸੁਣ ਲੈ ਹੁਣ ਤੂੰ, ਤੀਜਾ ਮੈਂ ਬਚਨ ਮੈਨੂੰ ਕਹਿੰਦੇ ਨੇ, ਕਹਿੰਦੇ ਅੱਜ ਬਾਲਾ ਤਾਰੂ ਡੁੱਬਦਾ ਹੁੰਦਾ, ਅਸੀਂ ਆਪਣੇ ਆਪ ਨੂੰ ਕਹਾਈਏ। ਮੈਂ ਯਾਰ ਦੋਵੇਂ ਰਹਿ ਗਏ ਸੀ, ਬਾਕੀ ਤਾਂ ਝੜ ਗਏ ਸੀ ਕੱਚੇ, ਕੋਈ ਇੱਧਰ ਕੋਈ ਇੱਧਰ, ਦੋ ਦੋ ਤਿੰਨ ਤਿੰਨ ਗੇੜੇ ਲੱਗੇ। ਰਾਮੂ ਵੀ ਮੇਰੇ ਨਾਲ ਸੀ, ਸੁਰ ਮੈਨੂੰ ਪਤਾ, ਜਿਹੜੀ ਗੱਲ ਮੇਰੇ ਅੱਖੀਂ ਹੈ ਮੈਂ ਕਿਸੇ ਦੀ ਨਹੀਂ ਸੁਣਦਾ, ਉਹ ਗੱਲ ਉਹਨੂੰ ਮੇਰਾ ਉਹਦੇ 'ਤੇ ਹੈ। ਚਲੋ ਸ਼ੰਕਰ ਵੀ ਆ, ਭਰੋਸਾ ਵੀ ਹੈ ਇੱਕ ਗੱਲ 'ਤੇ ਹੀ ਹੈ। ਮੈਂ ਬਾਬਾ ਜੀ ਮੈਂ ਭੇਜਦੇ ਨਹੀਂ ਸਮਝੇ, ਕਹਿੰਦੇ ਸਬਰ ਨਾਲ ਉੱਥੇ ਸਬਰ ਦੀ ਸੁਣਾਈ ਸੀ ਸਾਖੀ, ਸੁਣਿਆ ਨਾ ਸਬਰ ਨਾਲ ਦੋ ਗੜਬੇ ਪਾ ਲਈ ਇੱਕ ਕਿਨਾਰੇ ਬਹਿ ਕੇ, ਦੋ ਗੜਬੇ ਪਾ ਲਈ ਇੱਕ ਕਿਨਾਰੇ ਬਹਿ ਕੇ, ਬਾਲਾ ਤਾਰੂ ਡੁੱਬਦਾ ਹੁੰਦਾ। ਮੈਂ ਕਿਹਾ ਇੱਕ ਦੋ ਤਿੰਨ, ਦੂਆ ਰਾਗੀ ਵੀ ਇੱਕ ਦਫ਼ਾ ਰਾਗ ਦਾ ਨਾਲ ਚੱਲ ਕੇ, ਕਹਿੰਦੇ ਰਾਗੀ ਰੋਗੀ ਹੁੰਦੇ ਨੇ। ਮੈਂ ਕਿਹਾ ਅੱਜ ਤੋਂ ਰਾਗ ਹੀ ਛੱਡਿਆ, ਮੈਂ ਕਿਹਾ ਰੋਗੀ ਜਿਹੜਾ ਰਾਗੀ ਹੋਊਗਾ ਰੋਗੀ ਹੋਊ ਆਦੇ। ਉਹ ਫਿਰ ਮੈਨੂੰ ਤੀਆ ਬਚਨ ਕਰਕੇ ਸੁਣਦਾ ਭਾਈ ਬਾਬਾ, ਤੀਆ ਬਚਨ ਹੋ ਗਿਆ। ਮੈਂ ਕਿਹਾ ਅੱਜ ਤੋਂ ਨਹੀਂ, ਮੁੜ ਕੇ ਨਹਿਰ 'ਚ ਸਤਨਾਮ, ਗੰਗਾ ਮਈਆ 'ਚ ਤਾਂ ਮਾਰਿਆ ਗੋਤਾ, ਅੰਨਾ ਝੂਠ ਨਹੀਂ, ਇੱਧਰ ਨੂੰ ਤਰਨਾ ਪਾਰ ਵੀ ਪਾਰ, ਇੱਧਰ 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 ਉਹਦਾ ਪਤਾ ਸੀ ਸਾਨੂੰ। ਪਰ ਮੈਂ ਮੁੜ ਕੇ ਨਹਿਰ 'ਚ ਫਿਰ ਜਲ, ਉਦੋਂ ਬਾਅਦ ਸਤਨਾਮ। ਅੱਜ ਵੀ ਉਹ ਬਚਨ ਇੱਥੇ ਲਿਖਿਆ ਪਿਆ ਬਈ, ਨਹੀਂ ਵੜਨਾ ਪਾਣੀ 'ਚ ਸਬਰ ਨਾਲ। ਆਮ ਕਈ ਇੱਕ ਦੋ ਦਫ਼ਾ ਚਾਂਸ ਬਣੇ ਨੇ ਪੌੜੀ 'ਤੇ, ਪੌੜੀ 'ਤੇ ਲੋਹੇ ਦੀ ਪੌੜੀ ਹੈ, ਉੱਥੇ ਬੈਠ ਕੇ ਗੜਬਾ ਲਿਆ ਹੋਏ ਭਾਈ ਬਾਬਾ ਪਤਾ ਲਿਆ, ਦੋ ਗੜਬੇ ਪਾਉਣੇ ਨੇ ਬਸ, ਤੀਏ ਦਾ ਹੁਕਮ ਨਹੀਂ ਪਾ ਲਏ, ਸਬਰ ਕਰ ਲਿਆ, ਲੈ ਇਸ਼ਨਾਨ ਹੋ ਗਿਆ, ਬੋਲੇ ਸੋ ਲੈ ਆਦੇ ਕੈਸਾ ਕਰ ਇਸ਼ਨਾਨ ਸਿਮਰ ਕਰ ਆਪਣਾ, ਪਤਾ ਨਹੀਂ ਕਿਤਨਿਆਂ ਕਦਾ ਭਲਾ ਹੋਊਗਾ ਇੱਥੇ ਆਏ ਦੇ। ਕੈਸੀ ਸਾਖੀ ਸੁਣਾਈ ਅੱਜ, ਬੋਲੇ ਸੋ ਹੋ ਗਿਆ ਫਤਿਹ ਹੋ ਗਿਆ। ਆਪ ਚਾਲ ਨੀਮ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੈ ਸਵਾਈ ਰਾਮ, ਨਿਤ ਨਿਤ ਚੜ੍ਹੈ। ਹੁਣ ਹੈ ਹੁਣ ਗੱਲ ਸੁਣ, ਇਹਦੇ 'ਤੇ ਭੋਗ ਲਵਾ ਦੇ ਜੋੜੀ, ਇੱਕ ਜੋੜਾ ਰੱਖ ਦੇ ਖੋਲੋ। ਆ ਬਾਕੀ ਕਿੱਥੇ ਵਰਤਾਉਂਗੇ, ਪੰਜ ਜਾਣੇ ਫੜ ਲਓ, ਉਹ ਮੇਰ ਤੇਰ ਨਾ ਕਰਿਓ, ਲਵਾਣਾ ਫੜ ਵੰਡਣਾ, ਵੰਡਣਾ ਕਰਕੇ ਵੰਡ ਦੇ, ਸੀਰਨੀ ਕਿਹਨੂੰ ਕਹਿੰਦੇ ਨੇ, ਅੱਜ 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 ਦੇਖ ਲੋ ਦੀਵਾਨ ਹੀ ਲਾਤੇ, ਕਾਹੇ ਦੀਵਾਨ ਲਾ ਕੇ ਅੱਜ ਲਾਤੇ,
क्यों लवाना थोड़ी साखी फेर सुनावा तार रे हां तार पे वाह 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 बोले सुनहा चले इधर साल तपस्या रात निकल दे के है ना।